ਕੁਦਰਤੀ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਸੀਗਾ ਉੱਥੇ ਬਾਦਲ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਆ ਗਏ, ਉਹਨਾਂ ਦੇ ਨਾਲ ਉਹਨਾਂ ਦੇ ਸਤਿਕਾਰਯੋਗ ਧਰਮਪਤਨੀ ਹਰਸਿਮਰਤ ਕੌਰ ਜੀ ਵੀ ਸੀਗੇ। ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਅਤੇ ਉਹਨਾਂ ਨੇ ਕਿਹਾ ਅਸੀਂ ਬਹੁਤ ਫਿਕਰਮੰਦ ਹੈ। ਮੈਂ ਕਿਹਾ ਫਿਰ ਆਪਾਂ ਬੂਹਾ ਖੋਲ੍ਹਦੇ ਹਾਂ, ਕਿਉਂ ਕਰਕੇ ਪਾਰਲੀਮੈਂਟ ਦੇ ਹਾਲ ਤੋਂ ਬਾਹਰ ਹੀ ਅਸੀਂ ਗੱਲਾਂ ਕਰ ਰਹੇ ਸੀਗੇ। ਮੈਂ ਕਿਹਾ ਆਓ ਚੱਲੀਏ ਹੁਣ ਫਿਰ ਇਹ ਮੁੱਦਾ ਉਠਾ ਦਈਏ, ਅਤੇ ਕਹਿੰਦੇ ਇਹ ਸਾਨੂੰ ਪਤਾ ਲੈ ਲੈਣ ਦਿਓ ਮਾਹੌਲ ਦਾ। ਅਤੇ ਮੈਂ ਕਿਹਾ ਜੀ ਮਾਹੌਲ ਦਾ ਪਤਾ ਕਰ ਲਓ ਤੁਸੀਂ, ਅਤੇ ਇਹ ਜਾ ਕੇ ਅੱਗੇ ਆਪਣੀਆਂ ਸੀਟਾਂ 'ਤੇ ਪਾਰਲੀਮੈਂਟ ਦੇ ਵਿੱਚ ਬੈਠ ਗਏ, ਮੈਂ ਜਾ ਕੇ ਇਹਨਾਂ ਦੇ ਪਿੱਛੇ ਬੈਠ ਗਿਆ। ਪਰ ਮੈਨੂੰ ਉਦੋਂ ਪਤਾ ਲੱਗਿਆ ਕਿ ਜਦੋਂ ਸਰਦਾਰ ਅਤੇ ਸਰਦਾਰਨੀ ਬਾਦਲ ਬਾਹਰ ਨੂੰ ਜਾਣ ਲੱਗੇ, ਸਪੀਕਰ ਦੇ ਕਮਰੇ 'ਚ ਚਲੇ ਗਏ, ਫਿਰ ਸਰਦਾਰ ਐਮ ਪੀ ਜਿਹੜੇ ਸਾਡੇ ਫਤਿਹਗੜ੍ਹ ਸਾਹਿਬ ਹੈ ਉਹਨਾਂ ਨੂੰ ਮੈਂ ਪੁੱਛਿਆ ਸਰਦਾਰ ਅਮਰ ਸਿੰਘ ਨੂੰ ਕਿ ਹੁਣ ਸੁਖਬੀਰ ਸਿੰਘ ਅਤੇ ਸਰਦਾਰਨੀ ਸਾਹਿਬ ਬਾਹਰ ਆਉਣਗੇ। ਕਹਿੰਦਾ ਜੀ ਇਹ ਸਪੀਕਰ ਦਾ ਜਿਹੜਾ ਕਮਰਾ ਹੈ ਉਹਦਾ ਪਿੱਛੇ ਨੂੰ ਵੀ ਖੁੱਲ੍ਹਦਾ, ਕੀ ਪਤਾ ਪਾਰਲੀਮੈਂਟ ਦੇ ਵਿੱਚ ਆਉਣ ਜਾਂ ਨਾ ਆਉਣ। ਸੋ ਇਸ ਤਰ੍ਹਾਂ ਸਿੱਖ ਲੀਡਰ ਖਿਸਕਦੇ ਹੈ ਕਿ ਇਸ ਨੂੰ ਸਾਹਮਣੇ ਤੌਰ ਦੇ ਉੱਤੇ ਚੈਲੰਜ ਨਹੀਂ ਕਰਨਾ ਚਾਹੁੰਦੇ ਹੈਗੇ। ਜਿਵੇਂ ਚਰਚਲ ਨੇ ਦੂਜੇ ਜੰਗ ਦੁਨੀਆ ਦੇ ਵਿੱਚ ਕਿਹਾ ਸੀਗਾ, ਵੀ ਵਿਲ ਫਾਈਟ ਔਨ ਦ ਬੀਚਸ, ਵੀ ਵਿਲ ਫਾਈਟ ਇਨ ਦ ਮਾਊਂਟਨਸ, ਵੀ ਵਿਲ ਫਾਈਟ ਇਨ ਦ ਸਟਰੀਟਸ। ਇਸੇ ਤਰ੍ਹਾਂ ਮੈਂ ਹਿੰਦੁੱਤਵਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਸਟੇਟ ਹੈ ਨਹੀਂ, ਅਸੀਂ ਹਥਿਆਰਬੰਦ ਲੜਾਈ ਨਹੀਂ ਲੜ ਸਕਦੇ। ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਹਰੇਕ ਘਰ ਦੇ ਵਿੱਚ, ਹਰੇਕ ਗਲੀ ਦੇ ਵਿੱਚ, ਹਰੇਕ ਸੜਕ ਦੇ ਉੱਤੇ ਜਿੱਥੇ ਵੀ ਹੈਗੀ ਹੈ ਅਸੀਂ ਹੁਣ ਰਜਿਸਟ ਕਰਾਂਗੇ ਕਿ ਤੁਸੀਂ ਬਹੁਤ ਕੁਛ ਕਰ ਲਿਆ ਸਾਡੇ ਉੱਤੇ, ਇੱਥੋਂ ਅੱਗੇ ਤੁਹਾਨੂੰ ਅਸੀਂ ਨਹੀਂ ਚੱਲਣ ਦੇਣਾ। ਹੁਣ ਤੁਸੀਂ ਸਾਰੇ ਸਿੱਖ ਕੌਮ ਅਤੇ ਜਿੰਨੇ ਵੀ ਸਾਡੇ ਸਾਥੀ ਦੂਜੀਆਂ ਕੌਮਾਂ ਦੇ ਹੈ ਇਹਦੀ ਰਜਿਸਟੈਂਸ ਸ਼ੁਰੂ ਕਰ ਦਿਓ ਕਿ ਅਸੀਂ ਬਿਲਕੁਲ ਇਹੋ ਜਿਹੀ ਸਿੱਖਾਂ ਦਾ ਕਤਲੇਆਮ ਨਹੀਂ ਹੋਣ ਦੇਣਾ।